ਲੰਗਰ ਖਾਨਾ ਜਿਨ੍ਹਾਂ ਦੇ ਘਰ ਬੱਚੇ ਨੇ ਉਹ ਬੱਚੇ ਲੈ ਕੇ ਲੰਗਰ ਖਾਨੇ ਟੁਰ ਜਾਣ, ਬੱਚੇ ਭੁੱਖੇ ਮਰਦੇ ਨੇ ਆਪ ਟੁਰ ਜਾਣ। ਗਰੀਬਾਂ ਵਾਸਤੇ ਨਹੀਂ, ਆਪਣੇ ਪੇਟ ਵਾਸਤੇ, ਆਪਣੀ ਕਰਪਸ਼ਨ ਬਚਾਉਣ ਵਾਸਤੇ। ਗਰੀਬਾਂ ਵਾਸਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਨਿਕਲੇ? ਕਿੰਨਾ ਟਾਈਮ ਆਇਆ, 30 ਸਾਲ ਕੀਤੀ, ਉਦੋਂ ਗਰੀਬਾਂ ਵਾਸਤੇ ਕੀ ਕਰਕੇ ਗਿਆ? ਸਵਾਸਥ ਸੜਕਾਂ ਤੋਂ, ਉਹਦੇ 'ਚ ਕਿਕਬੈਕ ਜ਼ਿਆਦਾ, ਕਮਿਸ਼ਨ ਜ਼ਿਆਦਾ, ਸਿਰਫ ਇਸ ਤੋਂ ਇਲਾਵਾ ਕੋਈ ਕੰਮ ਨਹੀਂ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਮੈਂ ਗਰੀਬਾਂ ਵਾਸਤੇ, ਉਹਦੇ ਕਹਿ ਰਹੇ ਨੇ ਕਿ ਬਹੁਤ ਜਲਦ ਲੋਕ ਦੇਖਣਗੇ ਕਿ ਨਵਾਂ ਪਾਕਿਸਤਾਨ ਬਣ। ਨਹੀਂ, ਜਲਦੀ ਹੋਣੀ ਨਹੀਂ, ਜਲਦੀ ਕਿਆਮਤ ਆਉਣ ਵਾਲੀ ਹੈ ਬਸ, ਇਦੋਂ ਵੱਧ ਹੋਰ ਕੋਈ ਕਹਾਣੀ ਕੋਲ ਨਹੀਂ। ਪਹਿਲੇ ਨੰਬਰ 'ਤੇ ਇਮਰਾਨ ਖਾਨ ਸਾਹਿਬ ਕੋਲ ਇਹ ਸਵਾਲ ਪੁੱਛੋ ਕਿ ਜਿਹੜਾ ਨੌਜਵਾਨਾਂ ਨੂੰ ਆਉਂਦਾ ਸੀ ਨਵਾਂ ਰੁਜ਼ਗਾਰ ਸਕੀਮ ਦੇਵਾਂਗੇ, ਕਿਹੜੀ ਦਿੱਤੀ ਸੀ, ਕੀ ਕੀਤਾ, ਉਹ ਕਿਹੜੇ ਬੈਂਕ ਨੇ ਕਰਜ਼ਾ ਦਿੱਤਾ, ਫਿਰ ਕੀ ਕੀਤਾ, ਸੋ ਕੀ ਚਾਹੁੰਦਾ ਇਮਰਾਨ ਖਾਨ? ਮੈਂ ਤਾਂ ਉਹ ਵੱਡਿਆਂ ਨੂੰ ਫੜਿਆ ਹੋ, ਮੈਂ ਨਾ ਇਮਰਾਨ ਫੜਿਆ, ਮੈਂ ਤਾਂ ਚੰਗਾ ਨਾ ਪਾਗਲ, ਤੁਹਾਨੂੰ ਪਤਾ ਟੈਕਸ ਟੈਕਸ ਤੇ ਲੋਕਾਂ ਨੂੰ ਮੇਰਾ ਮਤਲਬ ਜਿੰਨਾ ਖਜ਼ਾਨਾ ਖਾਲੀ ਕੀਤਾ ਹੈ, ਉਹ ਖਜ਼ਾਨਾ ਉਹਨਾਂ ਨੂੰ ਤੁੰਨਣ ਤੱਕ ਕੀ ਹੈ, ਹੁਣ ਵੀ ਤੂੰ ਭਵੇਖ, ਤੂੰ ਰੋਟੀ ਨਹੀਂ ਖਾਂਦਾ, ਤੂੰ ਚੰਦਗੜ੍ਹ ਦਾ ਕਿਰਾਇਆ ਨਹੀਂ ਵਧਾਇਆ, ਸਭ ਕੁਝ ਕੀਤਾ ਹੈ, ਠੀਕ ਹੈ, ਇਹ ਤਾਂ ਦੌਰ ਤੋਂ ਥਈ ਜੇ ਕਿ ਬਹੁਤ ਜਲਦ ਨਵਾਂ ਪਾਕਿਸਤਾਨ ਬਣ ਜਾਏਗਾ। ਬਣਾ ਦੇ ਹੜਿਆ ਨੇ ਅੱਲਾਹ ਲਈ, ਹੋਰ ਕਿੰਜ ਬਣਨਾ। ਆਹ ਸਵੇਰ ਦੇ ਬੈਠੇ ਹਾਂ, ਇੰਨੀ ਕੁ ਮਹਿੰਗਾਈ ਹੈ, ਕਿਸੇ ਬੰਦੇ ਸਾਨੂੰ ਸਵੇਰ ਦਾ ਪੁੱਛੇ ਨਹੀਂ ਕਿ ਤੁਸੀਂ ਇੱਥੇ ਕੀ ਲੈਣ ਬੈਠੇ ਹੋ, ਨਹੀਂ ਤਾਂ ਅੱਗੇ ਇਸ ਵੇਲੇ ਨੂੰ ਸੌਦੇ ਵੇਚ ਕੇ ਆਪਣੇ ਘਰ ਹੁੰਦੇ ਨੇ। ਉਹਦੇ ਪਹਿਲੇ ਲੋਕ ਬੜੇ ਬੇਸਬਰੇ ਨੇ, ਥੋੜ੍ਹਾ ਟਾਈਮ ਲੱਗੇਗਾ, ਬਿਹਤਰ ਹੋ ਜਾਏ। ਬੇਸਬਰੀ ਜਦੋਂ ਬਾਮ ਨੇ ਭੁੱਖਿਆ ਮਰਨਾ ਤਾਂ ਉਹਨੇ ਤਾਂ ਬੇਸਬਰਿਆ ਹੋਣੇ, ਤੈਨੂੰ ਕੁਝ ਖਾਣ ਸਾਥ ਉਹਦਾ ਦਿੱਤਾ ਸੀ, ਉਹਨੂੰ ਸੀਟ 'ਤੇ ਲਿਆਂਦਾ, ਕੀ ਕੀਤਾ ਉਹ ਮੁਲਕ ਵਾਸਤੇ? ਕੁਝ ਵੀ ਨਹੀਂ ਕੀਤਾ, ਗਰੀਬ ਭੁੱਖੇ ਪੇ ਮਾਰਦੇ ਨੇ। ਹੋਰ ਗਰੀਬਾਂ ਵਾਸਤੇ ਲੰਗਰ ਖਾਨਾ ਕਿਹਨਾਂ ਨੇ ਖੋਲ ਰਹੇ ਹਨ? ਲੰਗਰ ਖਾਨਾ ਜਿਨ੍ਹਾਂ ਦੇ ਘਰ ਬੱਚੇ ਨੇ ਉਹ ਬੱਚੇ ਲੈ ਕੇ ਲੰਗਰ ਖਾਨੇ ਟੁਰ ਜਾਣ, ਬੱਚੇ ਭੁੱਖੇ ਮਾਰਦੇ ਨੇ ਆਪ ਟੁਰ ਜਾਣ, ਇੰਝ ਇਹ ਤਬਦੀਲੀ ਕਾਹਦੀ? ਤਬਦੀਲੀ ਇਹ ਗਰੀਬ ਆਮ ਨੂੰ ਸੁੱਖ ਮਿਲੇ, ਤਬਦੀਲੀ ਦਾ ਪਤਾ ਲੱਗੇ, ਗਰੀਬ ਆਮ ਨੂੰ ਕੋਈ ਸੁੱਖ ਨਹੀਂ, ਤਬਦੀਲੀ ਕੋਈ ਨਹੀਂ ਲੰਗਰ ਖਾਨੇ ਦਾ ਗਰੀਬ। ਇਹਦੇ ਨਾਲ ਨਵਾਜ਼ ਸ਼ਰੀਫ ਸੌ ਵਾਰੀ ਚੰਗਾ ਹੈ ਕਿ ਮਿਹਨਤ ਮਜ਼ਦੂਰੀ ਕਰਨ ਨੂੰ ਲੱਭਦੀ ਸੀ, ਕੋਈ ਵੀ ਗਰੀਬ ਬੰਦਾ ਸੀ ਆਪਣੇ ਬਾਲ ਬੱਚਿਆਂ ਨੂੰ ਟੁੱਕਰ ਕਮਾ ਖਵਾਉਂਦਾ ਸੀ ਪਿਆ, ਹੁਣ ਉਹ ਸਿਸਟਮ ਹੀ ਕੋਈ ਨਹੀਂ, ਆਮ ਭੁੱਖੀ ਮਰਦੀ ਹੈ ਬਈ, ਲੁੱਟਮਾਰ, ਇਹਦਾ ਮਤਲਬ ਇਹ ਫਿਰ ਆਵਾਮ ਨੇ ਜੋ ਭੁੱਖਿਆ ਮਰਨਾ ਲੁੱਟਮਾਰ ਹੀ ਕਰਨਾ। ਨਵਾਜ਼ ਸ਼ਰੀਫ ਨੇ ਲੁੱਟਮਾਰ ਮਾਰੀ ਸਿਰਫ ਸਾਡੀ ਹਕੂਮਤ ਨੇ ਕਰੀ, ਮੰਨਿਆ ਉਹਨੇ ਲੁੱਟਮਾਰ ਮਾਰੀ, ਲੇਕਿਨ ਉਹਨੇ ਗਰੀਬ ਆਮ ਕੋਲੋਂ ਜਿਹੜਾ ਨਾ ਕਾਰੋਬਾਰ ਨਹੀਂ ਮੁੱਕਣ ਦਿੱਤਾ, ਇਸ ਤੋਂ ਪਿਛਲੀ ਜਿਹੜੀ ਹਕੂਮਤ ਸੀ ਉਦੋਂ ਵੀ ਕਾਰੋਬਾਰ ਕੋਈ ਨਹੀਂ ਸੀ, ਨਵਾਜ਼ ਸ਼ਰੀਫ ਆਇਆ ਉਹਨੇ ਕਾਰੋਬਾਰ ਵਧਾਇਆ, ਜਦੋਂ ਦੀ ਇਮਰਾਨ ਖਾਨ ਦੀ ਹਕੂਮਤ ਆਈ ਹੈ ਕਾਰੋਬਾਰ ਫਿਰ ਡਾਊਨ ਹੋ ਗਏ ਨੇ, ਮੁਲਕ ਇਹ ਨਹੀਂ ਕਿ ਗਰੀਬਾਂ ਵਾਸਤੇ, ਸਾਰਾ ਮੁਲਕ ਕੋਈ 5 ਸਾਲ ਪਿਛਾਂ ਟੁੱਟ ਗਿਆ। ਇਹ ਕਾਹਦਾ ਜੀ ਨਵਾਂ ਪਾਕਿਸਤਾਨ ਬਣ ਰਿਹਾ, ਇਹ ਤਾਂ ਦੱਸੋ ਪਹਿਲਾਂ। ਪਹਿਲੇ ਨੰਬਰ 'ਤੇ ਇਮਰਾਨ ਖਾਨ ਸਾਹਿਬ ਕੋਲ ਇਹ ਸਵਾਲ ਪੁੱਛੋ ਕਿ ਜਿਹੜਾ ਨੌਜਵਾਨਾਂ ਨੂੰ ਆਉਂਦਾ ਸੀ ਨਵਾਂ ਰੁਜ਼ਗਾਰ ਸਕੀਮ ਦੇਵਾਂਗੇ, ਕਿਹੜੀ ਦਿੱਤੀ ਸੀ, ਕੀ ਕੀਤਾ, ਉਹ ਕਿਹੜੇ ਬੈਂਕ ਨੇ ਕਰਜ਼ਾ ਦਿੱਤਾ, ਫਿਰ ਕੀ ਕੀਤਾ, ਸੋ ਕੀ ਚਾਹੁੰਦਾ ਇਮਰਾਨ ਖਾਨ? ਜਿਹੜੇ ਕੋਲ ਕਾਰੋ ਕੱਲ੍ਹ ਉਹਨਾਂ ਨੇ ਲੰਗਰ ਖਾਨੇ ਖੋਲ੍ਹੇ, ਕਾਹਦੇ ਲੰਗਰ ਖਾਨੇ ਖੁੱਲ੍ਹੇ ਨੇ, ਕਿਉਂ ਕਿੰਨੇ ਉੱਥੇ ਖਾਧਾ? ਇਮਰਾਨ ਖਾਨ ਨੇ ਦੋ ਜਾ ਕੇ ਪਲੇਟਾਂ ਫੜਾ ਲਈਆਂ ਨੇ, ਤਾਂ ਕੀ ਸਮਝਦਾ ਕਿ ਮੈਂ ਬੜਾ ਲੰਗਰ ਖਾਨਾ ਉੱਥੇ? ਕੀ ਕੀਤਾ ਉਹਨੇ ਲੰਗਰ ਖਾਨਾ ਉੱਥੇ? ਬਸ ਇਹਨਾਂ ਨੂੰ ਹਰ ਪਾਸੇ ਇਫਤਤਾਹ ਕਰਨ ਦੀ ਪਈ ਹੁੰਦੀ ਹੈ ਕਿ ਮੈਂ ਇਹ ਇਫਤਤਾਹ ਕਰਾਂਗੇ, ਉਹ ਕਰਾਂਗੇ, ਲੇਕਿਨ ਇਹ ਹਕੀਕਤ ਦੇ ਵਿੱਚ ਤਾਂ ਜਿਹੜਾ ਜਮ ਦੀ ਹਕੂਮਤ ਆਈ ਹੈ ਇਹ ਫੜ ਕੇ ਨਾ ਬੇੜਾ ਕਲਰ ਕਰਕੇ ਦਰ ਛੜਿਆ ਵੇ। ਮੈਂ ਕਿਸੇ ਬਾਲਟੀ ਦਾ ਨਾਲ ਨਹੀਂ ਇਮਰਾਨ ਖਾਨ ਨੂੰ ਵੋਟ ਦਿੱਤਾ ਸੀ, ਲੇਕਿਨ ਦਿਲ ਇਹ ਹਕੀਕਤ 'ਚ ਕਰਦਾ ਕਿ ਇਹਨੂੰ ਵੋਟ ਨਹੀਂ ਸੀ ਦੇਣਾ ਚਾਹੀਦਾ, ਠੀਕ ਹੈ, ਕਿਉਂਕਿ ਇਹਨੇ ਫੜ ਕੇ ਜਿਹੜਾ ਕੋਈ ਰੋਟੀ ਦਾ ਨਵਾਲਾ ਹੁੰਦਾ ਸੀ ਉਹ ਵੀ ਇਹਨੇ ਛੀਨ ਲਿਆ ਵੇ। ਕਿੱਥੇ 100 ਤੇ ਸੂਫੀ ਘਿਓ ਸੀ ਜਾਂ ਸਵੇਰਾ ਆਇਲ ਸੀ ਉਹ 130-135 ਰੁਪਏ, ਕਿੱਥੇ 240 ਰੁਪਏ, ਮਹਿੰਗਾਈ ਵਧੀ ਹੈ ਜਾਂ ਘਟੀ ਹੈ, ਕੀ ਇਮਰਾਨ ਖਾਨ ਕਰ ਰਿਹਾ? ਸਬਰ ਰਾਤੋ ਰਾਤ ਕੋਈ ਵੀ ਚੀਜ਼ ਇੰਨੀ ਵਿਗੜੇ ਹਾਲਾਤ ਨਹੀਂ ਸਹੀ ਹੋ ਸਕਦੇ, ਟਾਈਮ ਲੱਗਦਾ ਇਸ ਚੀਜ਼ ਨੂੰ, ਇਹ ਜਾਦੂ ਦੀ ਛੇੜੀ ਤਾਂ ਉਹਦੇ ਕੋਲ ਹੈ ਨਹੀਂ ਜਿਹੜਾ ਕਿ ਰਾਤੋ ਰਾਤ ਕਰਕੇ ਹਰ ਚੀਜ਼ ਕਲੀਅਰ ਕਰ ਦੇ। ਤੁਸੀਂ ਵੀ ਸਿਆਣੇ ਹੋ ਕਿ ਇੰਨਾ ਵਿਗੜਿਆ ਮਾਸ਼ਾ, ਹਰ ਚੀਜ਼ ਤਬਾਹ ਹੋਈ ਪਈ ਹੈ, ਉਹਨੂੰ ਸਹੀ ਕਰਨ ਲੱਗਾ ਟਾਈਮ ਲੱਗਣਾ। ਲੇਕਿਨ ਆਪੋਜੀਸ਼ਨ ਵਾਲੇ ਕਹਿ ਰਹੇ ਕਿ ਆ ਕੇ ਮਜ਼ੀਦ ਆਪਣੀ ਚੋਰੀ ਛੁਪਾਉਣ ਵਾਸਤੇ ਕਹਿ ਰਹੇ ਨੇ ਨਾ, ਅਰਬਾਂ ਰੁਪਈਆ ਕੱਢ ਕੇ ਲੈ ਗਏ ਨੇ ਖਜ਼ਾਨਾ ਖਾਲੀ, ਉੱਧਰ ਰੌਲਾ ਪਾਉਂਦੇ ਆਪਣੇ ਆਪ ਨੂੰ ਬਚਾਉਣ ਵਾਸਤੇ। ਗਰੀਬਾਂ ਵਾਸਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਨਿਕਲੇ? ਕਿੰਨਾ ਟਾਈਮ ਆਇਆ, 30 ਸਾਲ ਕੀਤੀ, ਉਦੋਂ ਗਰੀਬਾਂ ਵਾਸਤੇ ਕੀ ਕਰਕੇ ਗਿਆ? ਸਵਾਸਥ ਸੜਕਾਂ ਤੋਂ, ਉਹਦੇ 'ਚ ਕਿਕਬੈਕ ਜ਼ਿਆਦਾ, ਕਮਿਸ਼ਨ ਜ਼ਿਆਦਾ, ਸਿਰਫ ਇਸ ਤੋਂ ਇਲਾਵਾ ਕੋਈ ਕੰਮ ਨਹੀਂ? ਮੌਲਾਨਾ ਫਜ਼ਲ ਰਹਿਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਗਰੀਬਾਂ ਵਾਸਤੇ, ਆਜ਼ਾਦੀ ਮਾਰਚ ਹੈ ਨਾ ਮਿਸ਼ਨ ਉਹਦਾ, ਆਜ਼ਾਦੀ ਮਾਰਚ 10 ਸਾਲ ਤੈਅ ਹਕੂਮਤ ਕੀਤੀ ਇਹਨਾਂ, ਕਸ਼ਮੀਰ ਕਮੇਟੀ ਦਾ ਚੇਅਰਮੈਨ ਰਿਹਾ ਹੈ, ਕਿਸੇ ਫੋਰਮ 'ਤੇ ਦੱਸੋ ਉਹਨੇ ਆਵਾਜ਼ ਉਠਾਈ ਹੈ? ਉਹ ਬੜਾ ਉਹ ਸਭ ਤੋਂ ਵੱਡਾ ਚੋਰ ਐਡਵੋਕੇਟ, ਬਲੈਕਮੇਲਰ ਜਿਹਨੂੰ, ਜੇ ਆਪਣੀ ਸੀਟਾਂ ਉਹਦੀਆਂ ਕੋਈ ਹੋਇਆ ਨਹੀਂ ਜਿਹਦੇ ਤੋਂ ਹਕੂਮਤ ਕਰ ਸਕੇ, ਸਿਰਫ ਬਲੈਕਮੇਲਿੰਗ, ਜਿਹੜੀ ਹਕੂਮਤ 'ਚੋਂ ਬਾਹਰ ਹੁੰਦਾ ਉਹਨੂੰ ਬਲੈਕਮੇਲਿੰਗ ਸ਼ੁਰੂ ਕਰ ਦਿੰਦਾ, ਸੀਟ ਮਿਲ ਜਾਂਦੀ ਆਰਾਮ ਨਾਲ ਬਹਿ ਰਹਿੰਦਾ, ਕੋਈ ਕੰਮ ਕੀਤਾ ਹੋਇਆ ਉਹਨੇ? ਇਹ ਟਾਈਮ ਨਹੀਂ ਲੱਗ ਸਕਦਾ ਨਾ ਬਣ ਹੀ ਸਕਦਾ, ਇਹ ਇੰਜ ਹੀ ਰੰਡੀ ਰਹਿਣਾ ਹੀ ਰਹਿਣਾ, ਪਾਕਿਸਤਾਨ ਨਹੀਂ, ਇਹ ਨਹੀਂ ਬਣ ਸਕਦਾ, ਇਹ ਜਿਹੜੇ ਚਾਹੁੰਦੇ ਨੇ ਮਰ ਜਾਣਗੇ ਵੀ ਲੋਕ, ਕਿਉਂਕਿ ਉਹ ਤਾਂ ਕਹਿ ਰਹੇ ਨੇ ਕਿ ਬਹੁਤ ਜਲਦ ਲੋਕ ਦੇਖਣਗੇ ਕਿ ਨਵਾਂ ਪਾਕਿਸਤਾਨ ਬਣ। ਨਹੀਂ, ਜਲਦੀ ਹੋਣੀ ਨਹੀਂ, ਜਲਦੀ ਕਿਆਮਤ ਆਉਣ ਵਾਲੀ ਹੈ ਬਸ, ਇਦੋਂ ਵੱਧ ਹੋਰ ਕੋਈ ਕਹਾਣੀ ਕੋਈ ਨਹੀਂ। ਜਿਹੜਾ ਉਹਨਾਂ ਦੇ ਖਿਲਾਫ ਆਜ਼ਾਦੀ ਮਾਰਚ ਕਰਨ ਦੀ ਕੋਈ ਸ਼ਾਹ ਨਹੀਂ ਜੀ, ਹਰ ਸ਼ਾਹ ਹੀ ਇੰਜ ਬਸ।
ਸਾਡੇ ਕੋਲ ਬਚਦੇ ਦੋ ਗੱਲਾਂ ਨੇ ਹੋਰ ਕੋਈ ਗੱਲ ਬਿਹਤਰੀ ਨਹੀਂ ਆ ਸਕਦੀ ਨਹੀਂ ਨੁਕਸਾਨ ਹੀ ਹੋ ਸਕਦਾ ਨੁਕਸਾਨ ਹੀ ਹੋ ਸਕਦਾ ਕਮਾ ਕੇ ਖਾਣਾ ਕਿਸੇ ਏਡੇ ਮਾਯੂਸ ਕਿਉਂ ਨਹੀਂ ਕਮਾ ਕੇ ਖਾਣਾ ਕਿਸੇ ਨੇ ਦੇਣਾ ਟੈਕਸ ਤੇ ਗੌਰਮੈਂਟ ਦੀ ਤਰਫੋਂ ਦਾ ਮਕਸਦ ਜੋ ਵੀ ਹੈ ਕਮਾ ਕੇ ਖਾਣਾ ਭਾਵੇਂ ਤੂੰ ਮੰਦੇ ਹੋ ਜਾਂਦੇ ਭਾਵੇਂ ਚੰਗੇ ਹੋ ਜਾਂਦੇ ਮਰਾਣਾ ਹੋ ਗਿਆ ਕੀ ਕਰ ਲਿਆ ਭਾਈ ਉਹਨੇ ਕੱਖ ਵੀ ਨਹੀਂ ਕਰਨਾ ਸਿੱਧੀ ਗੱਲ ਹੈ ਜਿੰਨੇ ਕਮਾਉਣਾ ਰੋਟੀ ਆਪੇ ਕਮਾ ਕੇ ਖਾਣੀ ਹੈ ਜੇ ਪਹਿਲਾਂ ਹੀ ਪਹਿਲਾਂ ਕੋਈ ਮਾੜਾ ਬੰਦਾ ਰੋਟੀ ਕਮਾ ਕੇ ਖਾ ਲੈਂਦਾ ਸੀ ਸਿੱਧੀ ਗੱਲ ਸਾਫ਼ ਹੈ ਜਦੋਂ ਦਾ ਉਹ ਆਇਆ ਉਹਨੇ ਮਾੜੇ ਦੇ ਦਿੱਤਾ ਤਗੜੇ ਦਾ ਕੀ ਹੈ ਦਿਹਾੜੀ ਲੱਗ ਗਈ ਅਤੇ ਖਾ ਪੀ ਲਿਆ ਤਾਂ ਮਾੜੇ ਦੀ ਕਿਹੜਾ ਕੁਛ ਸੁਣਦਾ ਜੇ ਇੱਥੇ ਉੱਥੇ ਕੋਈ ਰੇਹੜੀ ਵਾਲਾ ਕੱਲ੍ਹ ਅੱਗੇ ਘਰ ਇੱਧਰ ਘਰ ਉੱਧਰ ਘਰ ਕਿਸੇ ਕੀ ਸੁਣਨੀ ਹੈ ਉਹ ਤਾਂ ਕਹਿੰਦੇ ਮੈਂ ਦਿਨ ਰਾਤ ਗਰੀਬਾਂ ਵਾਸਤੇ ਉਹ ਕੋਈ ਭਾਜੀ ਮਿਹਨਤ ਨਹੀਂ ਉਹ ਆਪਣੇ ਜੋ ਵੀ ਕਰਨ ਦੇ ਨੇ ਆਪਣਾ ਢਿੱਡ ਭਰਨਾ ਸਿੱਧੀ ਗਰੀਬਾਂ ਵਾਸਤੇ ਲੰਗਰ ਖਾਂਦੇ ਖੋਲੇ ਕੋਈ ਲੰਗਰ ਲੁੰਗਰ ਨਹੀਂ ਇੱਥੇ ਆਪ ਹੀ ਕਮਾ ਕੇ ਖਾਣਾ ਜਾਂ ਆਪ ਬਚਣਾ ਜੇ ਉਹਦਾ ਜਿਹੜਾ ਬਚਦਾ ਵਿੱਚੋਂ ਜਾਣਾ ਜੰਮਣਾ ਆ ਜਨਾਨੀ ਨੇ ਬੱਚਾ ਹੋਣਾ ਉਹ ਵੀ ਕਰਜ਼ਾਈ ਹੋ ਜਾਣਾ ਉਹ ਵੀ ਦਿਲ ਕਿੱਦਾਂ ਦੱਸ ਲੱਖ ਡੇਢ ਲੱਖ ਦਾ ਕਰਜ਼ਾਈ ਹੋਏ ਹਕੂਮਤ ਨਹੀਂ ਬਦਲ ਸਕਦੀ ਤੇ ਇਹ ਫਿਰ ਆਵਾਮ ਉਹਦੇ ਖਿਲਾਫ ਜਿਹੜੀ ਆਵਾਮ ਨਿਕਲ ਰਹੀ ਹੈ ਜਾਂ ਸਿਆਸਤਦਾਨ ਨਿਕਲ ਰਹੇ ਨੇ ਅੱਛੀ ਕੰਮ ਕਰ ਰਹੇ ਨੇ ਪਹਿਲਾਂ ਬੰਦਾ ਗੁੱਡ ਸੀ ਭਾਵੇਂ ਖਾਧਾ ਜੋ ਵੀ ਉਹਨੇ ਕੀਤਾ ਲੇਕਿਨ ਉਹਨੇ ਤੰਗ ਨਹੀਂ ਕਿਸੇ ਨੂੰ ਕੀਤਾ ਆਵਾਮ ਦੇ ਹੱਕ ਵਿੱਚ ਠੀਕ ਸਨ ਠੀਕ ਸਨ ਆਈ ਐਨ ਯੈਸ ਉਹਨੇ ਕੁਛ ਤਾਂ ਕੀਤਾ ਕੰਮ ਸੜਕਾਂ ਬਣਾਈਆਂ ਹੋਸਪਿਟਲਾਂ 'ਚ ਜਾਂਦੇ ਕੋਈ ਸੁਣਦਾ ਸੀ ਇੱਥੇ ਕਿਹੜਾ ਸੁਣਦਾ ਜੀ ਕੋਈ ਸ਼ੈ ਨਹੀਂ ਉਦੋਂ ਦੇ ਸੁਣਦੇ ਲੋਕ ਕਹਿੰਦੇ ਨੇ ਕਿ ਸੜਕਾਂ ਨੂੰ ਲੋਕਾਂ ਨੇ ਖਾਣਾ ਉਹਨਾਂ ਤਾਲੀਮ ਨਹੀਂ ਦਿੱਤੀ ਇੱਕ ਮਿੰਟ ਇਹ ਗੁਜਰਾਂ ਵਾਲੇ ਜਾਂਦੇ ਹਾਂ ਤਿੰਨ ਤਿੰਨ ਘੰਟੇ ਆਵਾਮ ਕੋਈ ਬਿਮਾਰ ਹੈ ਕੋਈ ਜਾਣਾ ਕਿਸੇ ਤਿੰਨ ਤਿੰਨ ਘੰਟੇ ਟ੍ਰੈਫਿਕ ਫਸਦੀ ਸੀ ਉਹ ਬੰਦਾ ਉੱਥੇ ਹੀ ਮਰ ਜਾਂਦਾ ਸੀ ਹੁਣ ਜਾਂਦੇ ਨੇ ਸਪੀਡੋ ਸਪੀਡ ਜਿਹੜਾ ਵੀ ਕੰਮ ਕਰਨਾ ਲੰਘਦੇ ਤਾਂ ਹੈ ਨੇ ਕਿਉਂ ਨਹੀਂ ਉਹਦਾ ਫਾਇਦਾ ਜਿਹੜੀ ਇੱਕ ਚੀਜ਼ ਬਣ ਜੀ ਉਹ ਨਹੀਂ ਉਹ ਜਾਣਦੇ ਹੋਏ ਉਹ ਗੁਜਰਾਂ ਵਾਲੇ ਕਿਉਂ ਨਹੀਂ ਫਾਇਦਾ ਇਹ ਕੀ ਕਰਦਾ ਪਿਆ ਚੰਗਾ ਤਾਂ ਉਹ ਵੱਡਿਆਂ ਵੱਡਿਆਂ ਨੂੰ ਫੜਿਆ ਆ ਮੈਂ ਨਾ ਇਮਰਾਨ ਫੜਿਆ ਮੈਂ ਨਾ ਚੰਗਾ ਨਾ ਪਾਗਲ ਤੁਹਾਨੂੰ ਕਹਦਾ ਟੈਕਸ ਟੈਸਟ ਲੋਕਾਂ ਨੂੰ ਮੇਰਾ ਮਤਲਬ ਜਿੰਨਾ ਖਜ਼ਾਨਾ ਖਾਲੀ ਕੀਤਾ ਹੈ ਉਹ ਖਜ਼ਾਨਾ ਉਹਨਾਂ ਨੂੰ ਤੁੰਨਣ ਤੱਕ ਹੁਣ ਵੀ ਤੂੰ ਭਵੇਖੇ ਤੂੰ ਰੋਟੀ ਨਹੀਂ ਖਾਂਦਾ ਤੂੰ ਹਜਾਨ ਗੜ ਦਾ ਕਿਰਾਇਆ ਨਹੀਂ ਵਧਾਇਆ ਸਭ ਕੁਝ ਕੀਤਾ ਹੈ ਠੀਕ ਹੈ ਇਹ ਤਾਂ ਦੌਰ ਤੱਕ ਥਈ ਜੇ ਕਿਹਦਾ ਇਮਰਾਨ ਖਾਨ ਦਾ ਆਹੋ ਇਹ ਦਰੁਸਤ ਹੈ 10 ਲੱਖ ਬੰਦਾ ਬੇਰੋਜ਼ਗਾਰ ਹੋ ਗਿਆ ਸ਼ਾਪਰ ਲਾ ਕੋਈ ਥਾਰੇ ਦੁਨੀਆ ਗੱਲ ਸੁਣੋ ਭਾਦ ਮਾਰਾ 10 ਲੱਖ ਬੰਦਾ ਜਿਹੜਾ ਨਾ ਉਹ ਤਕਰੀਬਨ ਮੈਂ ਕੱਲ ਗੁਜਰਾਂ ਵਾਲੇ ਗਿਆ ਹਾਂ ਬੇਰੋਜ਼ਗਾਰ ਹੋ ਗਿਆ ਇਹ ਇਮਰਾਨ ਖਾਨ ਸਾਹਿਬ ਦੀ ਪੁਲਿਸੀ ਦੀ ਵਜ੍ਹਾ ਦੇ ਨਾਲ ਨਹੀਂ ਉਹ ਤਾਂ ਕਹਿੰਦੇ ਨੇ ਕਿ ਸ਼ਾਪਰਾਂ ਦੇ ਨਾਲ ਜਿਹੜਾ ਉਹਦੀ ਮਤਬਾਦਲ ਚੀਜ਼ ਕੱਢ ਲੈਣ ਇਹਨੂੰ ਬੰਦ ਉਦੋਂ ਕਰਨ ਇਮਰਾਨ ਖਾਨ ਜਦੋਂ ਉਹ ਕੋਈ ਮਤਬਾਦਲ ਇਹਦੇ ਚੀਜ਼ ਆ ਜਾਵੇ ਬੇਸ ਆਫਿਸ ਮੇਰਾ ਬੰਦ ਕਰਨ ਅਗਰ ਨੁਕਸਾਨ ਇਹਦਾ ਤੇ ਵੈਸੇ 10-15 ਲੱਖ ਸਾਹਿਬ ਮੇਰੇ ਆਪਣੀ ਦੁਕਾਨ ਛੋਟੀ ਜਿਹੀ ਇੱਥੇ ਅੱਡੇ ਦੇ ਉੱਤੇ ਇਸ ਚੀਜ਼ ਦੀ ਅਤੇ ਇਸ ਤੋਂ ਇਲਾਵਾ ਵੀ ਚਲੋ ਰੋਜ਼ੀ ਤਾਂ ਅੱਲਾ ਪਾਕ ਨੇ ਦੇਣੀ ਹੈ ਮਤਲਬ ਇਹਦਾ ਕਿ ਕੋਈ ਨਾ ਕੋਈ ਚੀਜ਼ ਦਾ ਇਹਦਾ ਹੋਰ ਕੋਈ ਨਿਜ਼ਾਮ ਕੱਢਣ ਤਾਂ ਫਿਰ ਇਹਨੂੰ ਬੰਦ ਕਰਨ ਸਾਰਾ ਤਾਂ ਖਾਨ ਸਾਹਿਬ ਨੂੰ ਇਹ ਮਸ਼ਵਰਾ ਅੱਗੋਂ ਬਿਹਤਰ ਜਾਣਦੇ ਨੇ ਵਜ਼ੀਰ ਆਜ਼ਮ ਨੇ ਮੁਲਕ ਦੇ ਅਸਰ ਮੀਆਂ ਸਾਹਿਬ ਅੰਦਰ ਤੁੰਨਿਆਂ ਨੇ ਫੜ ਕੇ ਅਤੇ ਬਾਕੀ ਆਪੀ ਸੈਰਾਂ ਪੇ ਕਰਦੇ ਨੇ ਮੀਆਂ ਸਾਹਿਬ ਤਾਂ ਕਹਿੰਦੇ ਕਰਪਸ਼ਨ ਕਰਦੇ ਰਹੇ ਨੇ ਜੋ ਜੀ ਉਹਨਾਂ ਕਰਪਸ਼ਨ ਕੀਤੀ ਹੈ ਫਿਰ ਤੁੰਨੇ ਜਾਣ ਹੋਵੇ ਜੇ ਹੋਰਾਂ ਨੇ ਵੀ ਕੀਤੀ ਉਹ ਵੀ ਤੁੰਨੇ ਜਾਣ ਅਸੀਂ ਤਾਂ ਆਹਨੇ ਆ ਉਹਨਾਂ ਨੇ ਉਹ ਤੇ ਆਜ਼ਾਦੀ ਮਾਰਚ ਉਹਨਾਂ ਦੇ ਖਿਲਾਫ ਧਰਨਾ ਦੇਣ ਜਾ ਰਹੇ ਨੇ ਕੌਣ ਉਹ ਵੀ ਗਲਤ ਕਰਦੇ ਨੇ ਉਹ ਵੀ ਗਲਤ ਕਰਦੇ ਨੇ ਮੁਲਕ ਦੇ ਵਿੱਚ ਤਬਾਹੀ ਹੋਣੀ ਹੈ ਮੁਲਕ ਦੇ ਮੁਲਕ ਦੇ ਪੈਸੇ ਮੇਰੇ ਮੁਲਕ ਦਾ ਤੇ ਅੱਛਾ ਮੁਲਕ ਦਾ ਅੱਛਾ ਕੰਮ ਖਾਈ ਜਾਂਦਾ ਪਿਆ ਮੌਲ ਵੀ ਉਹ ਕੀ ਕਰਦਾ ਘੱਟ ਕਰਦਾ ਪਿਆ ਉਹ ਨਹੀਂ ਛੱਡਦਾ ਉਹਦੇ ਬੰਦੇ ਕਿ ਗਰੀਬ ਮਰਦੇ ਨੇ ਪਰ ਮੈਂ ਗਰੀਬਾਂ ਵਾਸਤੇ ਨਹੀਂ ਨਿਕਲਣਾ ਕੋਈ ਗਰੀਬਾਂ ਵਾਸਤੇ ਨਹੀਂ ਨਿਕਲਿਆ ਸਾਰੇ ਆਪਣੇ ਪੇਟ ਵਾਸਤੇ ਨਿਕਲੇ ਨੇ ਜੇ ਬੰਦਾ ਆਖੇ ਸਾਡੇ ਵਾਸਤੇ ਗਰੀਬਾਂ ਵਾਸਤੇ ਇਹਦਾ ਕੋਈ ਨਹੀਂ ਸੋਚਦਾ ਸਾਰਿਆਂ ਨੂੰ ਆਪਣੇ ਆਪਣੀ ਪਈ ਹੈ ਜਿੰਨੇ ਐਮਐਨਪੀ ਸਾਰੇ ਖਾ ਰਹੇ ਨੇ ਰੋਂਦੇ ਹੀ ਤਾਂ ਆ ਕੇ ਮੇਰਾ ਮਤਲਬ ਸਾਨੂੰ ਲੱਭੇ ਤੇ ਉਹ ਨਹੀਂ ਮੈਂ ਇਮਰਾਨ ਖਾਨ ਦੇ ਦਿੰਦਾ ਇਹਨਾਂ ਨੂੰ ਫੰਡ ਇਹ ਫੰਡਾਂ ਦਾ ਰੌਲਾ ਮੇਰਾ ਮਤਲਬ ਆਪਣੇ ਬੱਚਿਆਂ ਦਾ ਇਹਨਾਂ ਦਾ ਰੌਲਾ ਬਾਹਰ ਜਾਣ ਦਾ ਤਾਂ ਬਣਾਈਆਂ ਨੇ ਜਾਂ ਮੁਲਕ 'ਚ ਨਹੀਂ ਇੱਥੇ ਕਾਰੋਬਾਰ ਕਰਦੇ ਕਿਉਂ ਨਹੀਂ ਕਰਦੇ ਕਿ ਸਿਰਫ ਆਪਣੇ ਪੇਟ ਵਾਸਤੇ ਹੁਣ ਇੱਥੇ ਵੇਖੋ ਤੁਸੀਂ ਜੰਗ ਲੱਗਣੀ ਆ ਹਾਂ ਗਰੀਬਾਂ ਲੋਕਾਂ ਨੇ ਮਰਨਾ ਬੱਚੇ ਲੈ ਕੇ ਤਾਂ ਬਾਹਰ ਟੁਰ ਜਾਂਦੇ ਨੇ ਕੀ ਆਮ ਦਾ ਸੋਚਦੇ ਨੇ ਕੋਈ ਜਿਹੀ ਨਹੀਂ ਸੋਚਦਾ ਹਰ ਬੰਦਾ ਆਪਣਾ ਆਪਣੀ ਭਾਈ ਦਾਓ ਦਾ ਹੀ ਲੱਗੇ ਨੇ ਪਾਕਿਸਤਾਨ ਤਾਂ ਬਣਿਆ ਨਵਾਂ ਔਰ ਨਾ ਮੰਨਣ ਤਾਂ ਲੋਕ ਵੱਖਰੀ ਗੱਲ ਹੈ ਲੋਕ ਨਾ ਮੰਨਣ ਤਾਂ ਵੱਖਰੀ ਗੱਲ ਹੈ ਪਾਕਿਸਤਾਨ ਤਾਂ ਨਵਾਂ ਆਇਆ ਵੇ ਨਵਾਂ ਬਣ ਗਿਆ ਹਾਂ ਬਿਲਕੁਲ ਕਿਸ ਤਰ੍ਹਾਂ ਬਿਹਤਰ ਬਣਿਆ ਕਿ ਬਿਹਤਰ ਬਣਿਆ ਬਿਹਤਰ ਬਣਿਆ ਉੱਥੇ ਵੇਖਿਆ ਜੀ ਉੱਥੇ ਗਿਆ ਸੀ ਦੌਰੇ 'ਚ ਅਮਰੀਕਾ ਉਹਨਾਂ ਨੇ ਦੇਖ ਰੱਖਤਾ ਉਹ ਫਿਰ ਇਹ ਤੋਂ ਬਾਅਦ ਕੀ ਕਰ ਸਕਦਾ ਇਹ ਲੋਕ ਹੋਰ ਨੇ ਜਿਹੜੇ ਜਿਹਨਾਂ ਕੋਲ ਤੁਸੀਂ ਪੁੱਛਦੇ ਹੋ ਇਹ ਜੇ ਆਪਣਾ ਰੋਣਾ ਰੋਣ ਦੇ ਵਿੱਚ ਬਿਜਲੀ ਦਾ ਬਿੱਲ ਬਹੁਤਾ ਹੋ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਬਸ ਕਿਉਂਕਿ ਉਹ ਜਿਹੜੇ ਕਹਿ ਰਹੇ ਕਿ ਅਸੀਂ ਕਰਜ਼ੇ ਉਤਾਰ ਰਹੇ ਹਾਂ ਟੈਕਸ ਲਗਾ ਕੇ ਸਹੀ ਘਰ ਮੈਡਮ 10 ਅਰਬ ਡਾਲਰ ਉਹਨਾਂ ਕਰਜ਼ਾ ਲਾ ਸਾਡੇ 12 ਲੋਕ ਜਿਹੜਾ ਬੇਰੋਜ਼ਗਾਰੀ ਦਾ ਅਤੇ ਕਹਿੰਦੇ ਮਹਿੰਗਾਈ ਬੜੀ ਹੋ ਗਈ ਮਾਰਕੀਟ ਬੇਰੋਜ਼ਗਾਰੀ ਹੈ ਦੱਸ ਤਾਂ ਸਹੀ ਕਿਹੜੇ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ ਨਹੀਂ ਆਪੋਜੀਸ਼ਨ ਕਹਿ ਰਹੀ ਨੂਨ ਲੀਗ ਵੀ ਨਿਕਲ ਰਹੀ ਹੈ ਮੌਲਾਨਾ ਫਜ਼ਲ ਰਹਿਮਾਨ ਵੀ ਕਹਿ ਰਹੇ ਨੇ ਮੌਲਵੀ ਸਾਹਿਬ ਪੈ ਆਖਣ ਜਾਂ ਦੂਜੇ ਪੈ ਆਖਣ ਕਿਸੇ ਦਾ ਮੂੰਹ 'ਚ ਨਹੀਂ ਫੜ ਸਕਦਾ
ਤੇਰੇ ਮੂੰਹ ਨੂੰ ਰੋਕ ਸਕਦਾ ਤੇ ਮੇਰੇ ਵੀ ਨਹੀਂ ਰੋਕ ਸਕਦਾ। ਬਸ ਫਿਰ ਜਿਹੜਾ ਇਸ ਹਕੂਮਤ ਦੇ ਖਿਲਾਫ਼ ਨਿਕਲ ਰਹੇ ਨੇ ਸਹੀ ਕਰ ਰਹੇ ਨੇ ਕਿ ਉਹ ਆਉਂਦੇ ਨੇ ਅਸੀਂ ਗਰੀਬਾਂ ਵਾਸਤੇ ਨਿਕਲ ਰਹੇ ਹਾਂ। ਨਹੀਂ ਗਲਤ ਹੈ, ਗਰੀਬਾਂ ਵਾਸਤੇ ਨਹੀਂ, ਆਪਣੇ ਪੇਟ ਵਾਸਤੇ, ਆਪਣੀ ਕਰਪਸ਼ਨ ਬਚਾਉਣ ਵਾਸਤੇ, ਇਸ ਵਾਸਤੇ ਨਹੀਂ ਕਰ ਰਹੇ। ਦੰਨਾ ਕਾਮਯਾਬ ਹੋਏਗਾ ਕਿ ਨਾਕਾਮ ਹੋਏਗਾ? ਇਨਸ਼ਾਅੱਲਾ ਇਨਸ਼ਾਅੱਲਾ, ਔਰ ਇਨਸ਼ਾਅੱਲਾ ਪੂਰੀ ਉਮੀਦ ਹੈ, ਔਰ ਇਸੇ ਉਮੀਦ 'ਤੇ ਇਹਨੂੰ ਅੱਗੇ ਲਿਆਂਦਾ ਗਿਆ ਤਾਂ ਕਿ ਮੁਲਕ ਦੀਆਂ ਹਾਲਾਤ ਜਿਹੜੇ ਨੇ ਕਾਫੀ, ਇਸ ਤੋਂ ਪਹਿਲੇ ਨਾ ਤਾਂ ਅਮਰੀਕਾ ਦੇ ਅੰਦਰ ਜਾ ਕੇ ਇੰਨਾ ਖੁੱਲ੍ਹ ਕੇ ਕੋਈ ਬੋਲਿਆ ਸੀ ਪਿਆਰੇ ਨਬੀ ਦੀ ਸ਼ਾਨ 'ਤੇ, ਔਰ ਆਪਣੇ ਮੁਲਕ ਵਾਸਤੇ ਇਸ ਤੋਂ ਪਹਿਲੇ ਕੋਈ ਨਹੀਂ ਸੀ ਬੋਲਿਆ ਜਿੰਨਾ ਸਾਡਾ ਲੀਡਰ ਇਮਰਾਨ ਖਾਨ ਬੋਲਿਆ। ਅਲਹਮਦੁਲਿਲਾ, ਪੂਰਾ ਉਮੀਦ ਹਾਂ ਅਸੀਂ ਕਿ ਜੇ ਅੱਜ ਮੰਗਿਆਈ ਹੈ ਨਾ ਤਾਂ ਮੰਗਿਆਈ ਟੁੱਟੇਗੀ ਵੀ ਇਨਸ਼ਾਅੱਲਾ ਚੰਦ ਦਿਨਾਂ ਦੇ ਵਿੱਚ, ਸਿਰਫ ਇਨਸ਼ਾਅੱਲਾ। ਇਹ ਸਿਰਫ ਮੁਸ਼ਕਲ ਹੈ ਥੋੜ੍ਹੇ ਜਿਹੇ ਹਾਲਾਤ, ਇਸ ਕਿਸਮ ਦੇ ਪਿੱਛੋਂ ਨੂੰ ਤੋਹਫਾ ਮਿਲਿਆ ਕਿ ਜਿਹਦੀ ਵਜ੍ਹਾ ਤੋਂ ਹਾਲਾਤ ਜਿਹੜੇ, ਹਾਂ ਬਿਲਕੁਲ ਇਨਸ਼ਾਅੱਲਾ। ਤਕਰੀਰ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਕਹਿ ਰਹੇ ਨੇ ਕਿ ਤਕਰੀਰ ਉਹਨੇ ਸਾਡੇ ਧਰਨੇ ਤੋਂ ਬਚਣ ਵਾਸਤੇ ਜਾਣ ਕੇ ਇਸਲਾਮ ਦਾ, ਤੇ ਇਸ ਤਰ੍ਹਾਂ ਫਜ਼ਲ ਰਹਿਮਾਨ ਪਹਿਲੀ ਵਾਰੀ ਜਿਹੜਾ ਨਾ ਅਸੈਂਬਲੀ ਦੇ ਵਿੱਚ ਨਹੀਂ ਬੈਠੇ, ਬਲਕਿ ਜਿਹੜੀ ਹਕੂਮਤ ਆਉਂਦੀ ਉਹਦੇ ਨਾਲ ਹੀ ਬੈਠਦੇ ਸਨ। ਆਈ ਸਮਝ, ਉਹ ਇਸ ਵੇਲੇ ਅਸੈਂਬਲੀ ਤੋਂ ਬਾਹਰ ਹੈ ਤੇ ਉਹਨਾਂ ਨੂੰ ਤਕਲੀਫ਼ ਹੋ ਰਹੀ ਹੈ ਤੇ ਉਹ ਇਸੇ ਵਾਸਤੇ ਜਿਹੜਾ ਨਾ ਕੀੜੇ ਕੱਢਦੇ ਨੇ ਇੱਕ ਦੂਜੇ ਦੇ ਉੱਤੇ। ਇਮਰਾਨ ਖਾਨ ਨੇ ਆਣ ਕੇ ਆਵਾਮ ਨੇ ਭੁੱਖਿਆ ਮਾਰ ਛੱਡਿਆ, ਇਸ ਤੋਂ ਵੱਧ ਹੋਰ ਕੀ ਕਰ ਸਕਦਾ? ਬਿੱਲ ਕਿੰਨੇ ਹਜ਼ਾਰ ਦੋ ਆਉਂਦੇ, ਹੁਣ 7-7 ਹਜ਼ਾਰ ਬਿੱਲਾਂ ਆਣ ਡਿਆ। ਕਹਿੰਦੇ ਨੇ ਕਿ ਅਸੀਂ ਜਿਹੜੇ ਘਰੇਲੂ ਜਿਹੜੇ ਗਰੀਬ ਨੇ 300 ਯੂਨਿਟ ਤੱਕ ਟੈਕਸ ਨਹੀਂ ਲਗਾਏ, ਜਿਹੜੇ ਜ਼ਿਆਦਾ ਇਸਤੇਮਾਲ ਕਰਦੇ ਉਹਨਾਂ ਵਾਸਤੇ ਟੈਕਸ 300 ਦੇ ਥੱਲੇ ਵੀ ਟੈਕਸ ਹੈ, ਕਿੰਨੇ ਬਿੱਲ ਆਉਂਦਾ ਮੈਂ ਤੈਨੂੰ ਵਹਾ ਦਿੰਦਾ। ਟੈਕਸ ਪਹਿਲਾਂ ਲਾਉਂਦਾ ਪਿਆ ਹਰ ਸ਼ਹਿਰ ਦੇ, ਬਿਜਲੀ ਦੇ, ਟੀ ਵੀ ਦੇ, ਮੋਬਾਈਲ ਦੇ, ਫਿਰ ਲੋੜ ਦੇ, ਹਰ ਸ਼ਹਿਰ ਦੇ ਟੈਕਸ ਹੀ ਲਾ ਛੱਡੇ ਨੇ ਉਹਨੇ। ਉਹਦੇ ਪਹਿਲਾਂ ਕਿ ਨਵਾਂ ਪਾਕਿਸਤਾਨ ਬਹੁਤ ਜਲਦ ਬਣ ਜਾਏਗਾ, ਤਾਂ ਹੀ ਬਣਨਾ ਨਾ, ਸਾਡੇ ਵਿੱਚ ਬਣਨਾ, ਉਹਨੇ ਕਿਹੜਾ ਆਪਣੇ ਕੋਲ ਬਣਾਉਣਾ? ਗਰੀਬ ਤਾਂ ਪਿਸ ਰਹੇ ਆ, ਠੀਕ ਹੈ, ਉਹਨੇ ਆਖਿਆ ਗਰੀਬ ਰਹੇਗਾ ਨਹੀਂ, ਇਹਦਾ ਕੀ ਮਤਲਬ ਹੈ ਕਿ ਗਰੀਬ ਮੁੱਕ ਹੀ ਜਾਏਗਾ? ਠੀਕ ਹੈ, ਮੁੱਕਣ ਦਾ ਨਹੀਂ, ਉਹ ਤਾਂ ਕਹਿ ਰਹੇ ਕਿ ਗਰੀਬਾਂ ਦੀ ਮੁਆਸ਼ੀ ਐਸੀ ਸੂਰਤ ਹਾਲ ਬਿਹਤਰ ਕਰੇਗੀ। ਕਿੱਥੇ ਤੁਹਾਡੇ ਸਾਹਮਣੇ ਹੀ ਹੈ ਮੁਆਸ਼ੀ ਸੂਰਤ ਹਾਲ ਕਿਹੜੀ ਸਹੀ ਹੋਈ ਹੈ? ਠੀਕ ਹੈ, ਸਗੋਂ ਉਸ ਤੋਂ ਜ਼ਿਆਦਾ ਮਹਿੰਗਾਈ ਹੋ ਰਹੀ ਹੈ, ਦਿਨ ਬ ਦਿਨ ਮਹਿੰਗਾਈ ਚੱਲ ਰਹੀ ਹੈ। ਠੀਕ ਹੈ, ਇਹਦੇ ਨਾਲ ਨਵਾਸ਼ਰੀਫ ਦਾ ਦੌਰ ਸਹੀ ਸੀ, ਠੀਕ ਹੈ, ਹਰ ਚੀਜ਼ ਸਹੀ ਸੀ, ਸਸਤੀ ਸੀ, ਭਾਵੇਂ ਜੋ ਵੀ ਸੀ। ਅਤੇ ਵੈਸੇ ਇਮਰਾਨ ਖਾਨ ਸਾਹਿਬ ਤਾਂ ਕਹਿੰਦੇ ਕਿ ਜਿਹੜੇ ਬੇਸਬਰੇ ਲੋਕ ਨੇ ਸਿਰਫ ਉਹ ਸ਼ੋਰ ਕਰ ਰਹੇ ਨੇ, ਸਬਰ ਕਰਨ ਵਾਲੇ ਨੇ। ਹੁਣ ਇਨਸਾਨ ਕਿੰਨਾ ਕੁ ਸਬਰ ਕਰ ਸਕਦਾ? ਠੀਕ ਹੈ, ਹੁਣ ਬੰਦਾ ਸਾਰੀ ਉਮਰ ਨਾਲ ਜੇ ਸਬਰ ਕਰਦਿਆਂ ਦੀ, ਠੀਕ ਹੈ, ਹੁਣ ਨਵਾਜ਼ਸ਼ਰੀਫ ਹੀ ਹਨ, ਉਹਨਾਂ ਕੀਤਾ ਸੀ ਸਾਰਾ ਕੁਝ, ਜ਼ਾਹਰ ਹੁੰਦਾ, ਸੜਕਾਂ ਬਣਾਈਆਂ, ਹਰ ਚੀਜ਼ ਕੀਤਾ, ਇਹਨਾਂ ਨੇ ਲੰਗਰ ਖਾਨਾ ਸ਼ੁਰੂ ਬਸ ਕੀਤਾ, ਇਹ ਬਸ ਕੀਤਾ ਇਹਨਾਂ, ਠੀਕ ਹੈ, ਇਸ ਨਜ਼ਰ ਇੱਥੇ ਕਿੱਥੇ ਬਣਾਇਆ ਲੰਗਰ ਖਾਨਾ? ਠੀਕ ਹੈ, ਸਿਰਫ ਇਸਲਾਮਾਬਾਦ ਇਸਲਾਮਾਬਾਦ ਹੀ ਰਹਿਣਾ ਸਾਰੀ ਉਮਰ, ਇੱਥੇ ਨਹੀਂ ਆ ਸਕਦਾ। ਠੀਕ ਹੈ, ਉਹਨੇ ਆਪਣੇ ਪਠਾਣਾ ਵਾਸਤੇ ਬਣਾਇਆ, ਪਠਾਨ ਖਾਣ ਕਰਨ, ਠੀਕ ਹੈ। ਨਇਆ ਪਾਕਿਸਤਾਨ ਹੁਣ ਬਣ ਗਿਆ ਕਿ ਹੁਣ ਕਿਹੜਾ ਬਣਨਾ? ਉਹ ਕਹਿੰਦੇ ਨੇ ਘਾਲੀ ਲੋਕ ਬੇਸਬਰੇ ਬੜੇ ਨੇ, ਸਬਰ ਕਰਨ, ਉਹਨਾਂ ਵਾਕਈ ਸਹੀ ਗੱਲ ਕੀਤੀ ਹੈ, ਟਾਈਮ ਤਾਂ ਲੱਗਦਾ, ਕੋਈ ਵੀ ਬੰਦਾ ਆਏ ਉਹਨੂੰ ਟਾਈਮ ਤਾਂ ਲੱਗਣਾ, ਹੁਣ ਪਹਿਲੇ ਆਏ ਹਨ ਉਹਨਾਂ ਨੇ ਵੀ ਟਾਈਮ ਲਿਆ ਨਾ, ਅਤੇ ਇਹਨਾਂ ਨੂੰ ਵੀ ਦੇਣ। ਜਿਹੜੇ ਉਹਨਾਂ ਦੇ ਖਿਲਾਫ਼ ਆਜ਼ਾਦੀ ਮਾਰਚ ਦੇ ਧਰਨਾ, ਉਹਨਾਂ ਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਠੀਕ ਹੈ, ਅੱਲਾ ਹੀ ਹਾਫਜ਼ ਹੈ। ਉਹ ਜਨਾਬ, ਤੁਸੀਂ ਜਹਿਲ ਬੰਦਿਆਂ ਦੇ ਅੱਗੇ ਸਪੀਕਰ ਕਰ ਛੱਡਿਆ ਸੀ, ਨਾ ਉਹਨਾਂ ਨੂੰ ਕੋਈ ਪਤਾ ਕਿੰਨੇ ਵਾ, ਇਮਰਾਨ ਖਾਨ ਤਾਂ ਜ਼ਿੰਦਾਬਾਦ ਹੈ, ਅਸੀਂ ਇਨਸ਼ਾਅੱਲਾ ਤਾਲਾ ਉਹਦੇ ਨਾਲ ਹਾਂ, ਠੀਕ ਹੈ ਜੀ, ਉਹ ਜੋ ਵੀ ਕਰ ਰਿਹਾ ਠੀਕ ਕਰ ਰਿਹਾ। ਲੇਕਿਨ ਆਪੋਜੀਸ਼ਨ ਕਹਿ ਰਹੀ ਕਿ ਉਹ ਗਰੀਬਾਂ ਦਾ ਬੇੜਾ ਕਰ ਕਰਦਾ ਪਿਆ, ਅਸੀਂ ਗਰੀਬਾਂ ਵਾਸਤੇ ਨਿਕਲ ਰਹੇ ਹਾਂ। ਉਹ ਭਾਅ ਜੀ, ਆਪੋਜੀਸ਼ਨ ਨੇ ਤਾਂ ਇੰਝ ਹੀ ਕਹਿਣਾ, ਲੇਕਿਨ ਉਹ ਜੋ ਕਰ ਰਿਹਾ ਸਾਨੂੰ ਪਤਾ ਹੈ ਉਹ ਠੀਕ ਕਰ ਰਿਹਾ ਇਨਸ਼ਾਅੱਲਾ। ਕੋਈ ਵਕਤ ਲੱਗਦਾ ਜਦੋਂ ਕੋਈ ਖੇਡ ਖਰਾਬ ਹੋਈ ਹੋਏ ਉਹਨੂੰ ਸਿੱਧਿਆਂ ਕਰਦਿਆਂ ਕੋਈ ਟਾਈਮ ਲੱਗਦਾ, ਠੀਕ ਹੈ ਜੀ। ਇਹ ਆਵਾਮ ਤਾਂ ਵਹਿੰਦੀ, ਉਹਨੇ ਸੜਕਾਂ ਬਣਾਈਆਂ ਨੇ ਬਸ, ਠੀਕ ਹੈ ਜੀ, ਹੋਰ ਕੁਝ ਵੀ ਨਹੀਂ ਕੀਤਾ। ਮੁਲਕ ਤਾਂ ਕਿੰਨਾ ਕਰਜ਼ਾ ਚਾੜ ਛੱਡਿਆ, ਕੀ ਕੋਈ ਕਰ ਛੱਡਿਆ। ਇਮਰਾਨ ਖਾਨ ਜ਼ਿੰਦਾਬਾਦ, ਇਨਸ਼ਾਅੱਲਾ ਸੀ ਇਹਦੇ ਨਾਲ ਹਾਂ। ਉਹ ਸਹੀ ਕੰਮ ਕਰਦਾ, ਉਹ ਜਿਹੜਾ ਚੋਰਾਂ ਨੂੰ ਫੜਦਾ ਉਹ ਬਹੁਤ ਚੰਗੇ ਕਰਨ ਡਿਆ, ਕੰਮ ਸਹੀ ਕਰਨ ਡਿਆ, ਮਾੜਾ ਨਹੀਂ ਕੰਮ ਕਰਦਾ। ਲੇਕਿਨ ਉਹ ਕਹਿੰਦੇ ਨੇ ਕਿ ਗਰੀਬਾਂ ਨੂੰ ਇਹਨੇ ਪੀਸ ਦਿੱਤਾ, ਗਰੀਬਾਂ ਦਾ ਜੀਣਾ ਹਰਾਮ। ਨਹੀਂ ਜੀ, ਉਹ ਗਰੀਬਾਂ ਦਾ ਨਹੀਂ, ਸਾਡੇ ਲੋਕਾਂ ਆਪ ਮਹਿੰਗਾਈ ਕੀਤੀ, ਆਪ ਸਾਡੇ ਲੋਕ ਮਹਿੰਗਾਈ ਕਰੀ ਜਾਂਦੇ ਨੇ, ਜਿਹੜੇ ਅਸੀਂ ਚੀਨੀ ਇੱਕ ਲੈ ਕੇ ਅਤੇ ਕੋਲੋਂ ਵਾਪੀ ਮਹਿੰਗੀ ਦੇਈ ਜਾਂਦੇ ਹਾਂ, ਫਰੂਟ ਤਬਦੀਲੀ ਦਾ ਨਾਮ ਅਸੀਂ ਹਰ ਸ਼ਾਮ ਕਹਾਂ ਜੀ ਤਬਦੀਲੀ ਆ ਗਈ, ਤਬਦੀਲੀ ਨਾ ਤਬਦੀਲੀ ਦਾ ਬਦਨਾਮ ਕਰਦੇ ਨੇ। ਬਾਕੀ ਮਹਿੰਗਾਈ ਆ ਸਾਡੇ ਲੋਕਾਂ ਆਪ ਕੀਤੀ ਆ, ਉਹ ਮਹਿੰਗਾਈ ਨਹੀਂ ਆਉਂਦਾ ਕਰੋ। ਬੜੇ ਥਾਵਾਂ 'ਤੇ ਛਾਪੇ ਵੱਜੇ ਨੇ, ਬੜੇ ਥਾਵਾਂ 'ਤੇ ਫੜੇ ਗਏ ਨੇ, ਬੜੇ ਥਾਵਾਂ 'ਤੇ ਜੁਰਮਾਨੇ ਹੋਏ ਨੇ। ਬਾਕੀ ਉਹ ਕੰਮ ਸਹੀ ਕਰਦਾ, ਉਹ ਗਲਤ ਕੰਮ ਨਹੀਂ ਕਰਦਾ। ਨਹੀਂ, ਉਹ ਕਹਿੰਦੇ ਨੇ ਕਿ ਗਰੀਬ ਦਾ ਪਾਕਿਸਤਾਨ ਨੇ, ਪਾਕਿਸਤਾਨ ਦੇ ਵਿੱਚ ਜਿਹਨਾਂ ਹਰਾਮ ਕਰ ਦਿੱਤਾ ਇਹਨਾਂ ਨੇ, ਇਹਨੇ ਟੈਕਸ ਹਰਾਮ ਨਹੀਂ। ਵੇਖੋ ਤੁਸੀਂ ਮੇਰੀ ਗੱਲ ਸੁਣੋ, ਬਿਜਲੀ ਦਾ ਪੈਸਾ ਗਰੀਬਾਂ ਲੋਕਾਂ ਵਾਸਤੇ ਉਹਨੇ ਰੇਟ ਘੱਟ ਰੱਖੇ ਆ, ਕੀ ਖਿਆਲ ਹੈ? ਉਹਨੇ ਗਰੀਬਾਂ ਨੂੰ ਤੰਗ ਨਹੀਂ ਕੀਤਾ ਇਮਰਾਨ ਖਾਨ ਨੇ, ਤਗੜੇ ਤਗੜੇ ਲੋਕਾਂ ਨੂੰ ਮੇਰਾ ਮਤਲਬ ਲਾਇਆ ਆਪਣਾ ਟੈਕਸ ਵਗੈਰਾ, ਹਾਂ ਸਹੀ ਕੀਤਾ ਜੋ ਕੁਝ ਕੀਤਾ।
कश्मीर का फंड आ सारे खा खा के मेरी गल सुन अपना नकी दा ए नहीं मुल्क का नुकसान सोचते चलो जो साडा मुल्क का नुकसान अं धरना लैके चलने ये पैसे इन्होंने बेबे को आने जिते साडे मुल्क ही तो करने इन आवाम कट्ठिया करके लैके तो टुर पैन 100 रुपया कट्ठा कर रहे हाँ जी तो नुकसान तो मुल्क का ही है उन्हें जिन्ना चर इन्हें धरना लैके जाना उसे जाके बहना ने तो कि नुकसान है अपना नकी का मुल्क का नुकसान नहीं हर बंद तो मैं तुम पहले क्या हर बंद अपनी सोच है रातों रात कुछ भी नहीं 30 साल पिछे की होया महंगाई थोड़ी जी ज्यादा है ना वो वजह वेखो किस वजह तो ज्यादा हुई किस वजह तो ज्यादा हुई नवाज शरीफ की सरदारी की वजह तो महंगाई हुई और कि वजह तो हुई इन्होंने लुट के खाधा पाता जरा खान साहब कह रहे हैं कि बहुत जल्द नवा पाकिस्तान बनेगा तो लगता सही कह रहे हैं वो सही आते हैं पे जो उन्होंने खिलाफ आजादी मार्च कर लगे ये चोर ने अपनी चोरी छुपाने वास्ते आते हैं पे इन्होंने तो लुट के खाधा जो लोग धरना देने जा रहे हैं साथ दोगे आवाम नहीं जी नहीं अभी धरने तुरने वाले नाल नहीं अभी तो रब के नाल हाँ इमरान खान के नाल भी हो गए नहीं अभी किसी के नाल भी नहीं अभी अल्लाह के नाल आ जो टुकर देना सानू खान मेहनती मजदूर करने बंदे अभी वो किन्ना टाइम चाहिए उन्होंने किन्ना टाइम होना चाहिए बस उम्मीद ही दिलाई है कि बहुत जल्द नया पाकिस्तान बनेगा अज तक किसी ने कुछ नहीं किया अपने मतलब वास्ते जो भी आया गरीब आदमी का कोई नहीं।